ਅਗਰ ਸਾਡੇ ਦੇਸ਼ੋਂ ਸਾਡੇ ਰਾਜ ਹਮਾਰੇ ਰਾਜ ਨੇ 10 ਸਾਲ ਪਹਿਲੇ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ, 350 ਦਾ ਹੁੰਦਾ ਸੀ, ਅੱਜ 1150 ਰੁਪਏ ਦਾ ਸਿਲੰਡਰ। ਅੱਜ ਤੋਂ 10 ਸਾਲ ਪਹਿਲਾਂ ਸਿਉਣਾ ਗੋਲ 27,000 ਰੁਪਏ ਕਾ 10 ਗ੍ਰਾਮ ਮਿਲਤਾ ਥਾ, ਆਜ 72,000 ਰੁਪਏ ਕਾ 10 ਗ੍ਰਾਮ ਮਿਲਤਾ ਹੈ। ਇਹ ਮੋਦੀ ਜੀ ਕੀ ਦੇਣ ਹੈ। ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਡਾਕਟਰ ਮਨਮੋਹਨ ਸਿੰਘ ਨੂੰ ਕਿਹਾ ਕਿ ਅਰੇ ਭਾਈ ਇਹ ਬਤਾਓ ਕਿ ਆਪਨੇ ਦੇਸ਼ ਮੇ ਕਿਸ ਪ੍ਰਕਾਰ ਸੇ ਮੰਦੀ ਕੋ ਰੋਕਾ ਹੈ, ਦੁਨੀਆ ਮੇ ਮੰਦੀ ਹੈ, ਪੂਰੀ ਦੁਨੀਆ ਮੇ ਮੰਦੀ ਹੈ। ਰਿਸਪੋਂਸ ਕੈਸਾ? ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ 2018 'ਚ ਬਣਿਆ ਸੀ ਜਦੋਂ ਮੈਂ ਨਗਰਵਾ ਚੁਣਾਵ ਲੜਿਆ ਸੀ, ਅੱਜ ਉਸੇ ਤਰ੍ਹਾਂ ਦਾ ਮਾਹੌਲ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਹੈ। ਲੋਕਾਂ ਦਾ ਜੋ ਪਿਆਰ ਮਿਲ ਰਿਹਾ, ਬੇਮਿਸਾਲ ਪਿਆਰ ਦੇ ਰਹੇ ਨੇ ਲੋਕ, ਔਰ ਮੈਨੂੰ ਪੂਰਨ ਉਮੀਦ ਹੈ ਔਰ ਮੇਰਾ ਸਿਆਸੀ ਤਜ਼ਰਬਾ ਕਹਿੰਦਾ ਕਿ ਕੰਮ ਫਤਿਹ ਹੈ। ਸੱਚੇ ਪਾਤਸ਼ਾਹ ਬਹੁਤ ਵੱਡੀ ਅਪਾਰ ਕਿਰਪਾ। ਬਿੱਟੂ ਕਹਿ ਰਹੇ ਕਿ ਮੇਰੇ ਬੱਚਿਆਂ ਨੂੰ ਬੇਘਰ ਕੀਤਾ ਗਿਆ, ਅਤੇ ਬਿੱਟੂ ਦੇ ਬੱਚੇ ਕਦੇ ਇੱਥੇ ਰਹੇ ਹੈ, ਪਰ ਬੇਘਰ ਕਿਹਨੇ ਕਰਤਾ? 2016 ਤੋਂ ਲੈ ਕੇ ਅੱਜ ਤੱਕ ਬਿੱਟੂ ਜੀ ਆਪਣਾ ਘਰ ਕਿਉਂ ਨਹੀਂ ਲਿਆ ਗਿਆ ਘਰ ਉਹਨਾਂ ਤੋਂ? 2016 ਤੋਂ ਇੱਥੇ ਆਏ ਨੇ, 19 ਦਾ ਚੁਣਾਵ ਲੜਿਆ, ਫਿਰ ਹੁਣ 22 ਦਾ ਚੁਣਾਵ ਲੜਿਆ। ਜੇ 10 ਸਾਲਾਂ 'ਚ ਬਿੱਟੂ ਜੀ ਘਰ ਨਹੀਂ ਲੈ ਸਕੇ ਤਾਂ ਇਹ ਬਿੱਟੂ ਜੀ ਦੀ ਨਲਾਇਕੀ ਹੈ, ਮੇਰੀ ਤਾਂ ਨਹੀਂ ਹੈ। ਔਰ ਬਿੱਟੂ ਜੀ ਦੇ ਬੱਚੇ ਦਿੱਲੀ ਪੜ੍ਹਦੇ ਹੈ, ਬਿੱਟੂ ਜੀ ਦਾ ਇੱਕ ਘਰ ਦਿੱਲੀ ਹੈ, ਬਿੱਟੂ ਜੀ ਦਾ ਇੱਕ ਘਰ ਚੰਡੀਗੜ੍ਹ ਹੈ। ਇੱਕ MP ਨੂੰ ਕੇਵਲ ਇੱਕ ਹੀ ਘਰ ਮਿਲਦਾ ਹੈ, ਪਰ ਅਮਿਤ ਸ਼ਾਹ ਜੀ ਦੀ ਕਿਰਪਾ ਦੇ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਰਪਾ ਦੇ ਨਾਲ ਇਸ MP ਨੂੰ 3 ਘਰ ਮਿਲੇ ਦੇਸ਼ ਦੇ 3 ਵੱਡੇ ਸ਼ਹਿਰਾਂ 'ਚ। ਦੂਸਰੇ MPਆਂ ਨੂੰ ਪੁੱਛ ਲਿਓ, ਇੱਕ ਘਰ ਮਿਲਦਾ। ਫਿਰ ਕਮ ਸੇ ਕਮ ਜਿਹੜਾ ਕਿਰਾਇਆ ਬਣਦਾ ਹੈ ਉਸ ਘਰ ਦਾ, ਸਰਕਾਰੀ ਕਿਰਾਇਆ, ਤੁਸੀਂ ਜਿਹੜੇ ਟੀਚਰਸ ਨੂੰ ਘਰ ਮਿਲਦੇ ਹੈ, ਆਫਿਸਰਸ ਨੂੰ ਘਰ ਮਿਲਦੇ ਆ, ਉਹ ਕਿਰਾਇਆ ਭਰਦੇ। 2016 ਤੋਂ ਲੈ ਕੇ ਅੱਜ ਤੱਕ ਤੁਸੀਂ ਕਿਰਾਇਆ ਨਹੀਂ ਭਰਿਆ। ਕੋਈ ਚੈੱਕ ਦਿਖਾ ਦਿਓ, ਕੋਈ ਪੇਮੈਂਟ ਕੀਤੀ ਦਿਖਾ ਦਿਓ। ਕਿਉਂ ਝੂਠ ਬੋਲ ਰਹੇ ਹੋ ਬਿੱਟੂ ਜੀ? ਔਰ ਇੱਕ ਝੂਠ ਦੇ ਪਿੱਛੇ ਫਿਰ ਕਈ ਝੂਠ ਬੋਲਣੇ ਪੈਂਦੇ ਆ। ਹੁਣ ਕਹਿਤਾ ਮੈਂ ਜ਼ਮੀਨ ਗਿਰਵੀ ਰੱਖੀ ਹੈ, ਉਹ ਹੁਣ ਵਿਖਾ ਦੇਣ ਵੀ ਕਿਹਨੂੰ ਰੱਖੀ ਹੈ, ਉਹ ਪੈਸਾ ਆਇਆ ਕਿੱਥੋਂ ਅਕਾਊਂਟ? 1,83,00,000 ਰੁਪਇਆ ਕਿਸੇ ਨੇ ਚੈੱਕ ਦੇ ਰਾਹੀਂ ਦਿੱਤਾ ਹੋਣਾ, ਕਿਹਨੇ ਦਿੱਤਾ ਉਹ ਦੱਸ ਦੇਣ। ਉਸ ਬੰਦੇ ਨੇ ਜ਼ਮੀਨ ਲਈ ਹੈ ਕਿ ਨਹੀਂ ਲਈ ਦੱਸ ਦੇਣ। ਫਿਰ ਉਹ ਜ਼ਮੀਨ ਦਾ ਕਲੈਕਟਰੇਟ ਕੀ ਸੀਗਾ ਜਿਹੜੇ ਇੰਨੇ ਪੈਸੇ ਤੁਹਾਨੂੰ ਇੱਕੋ ਦਮ ਮਿਲਤੇ? ਕਿਉਂ ਲੋਕਾਂ ਨੂੰ ਬੇਵਕੂ ਬਣਾ ਰਹੇ ਹੋ? ਤੁਸੀਂ ਇਹ ਕਹੋ ਵੀ BJP ਨੇ ਹੁਣ ਮੈਨੂੰ ਪੈਸੇ ਦਿੱਤੇ ਹੈ ਅਤੇ ਮੈਂ ਆਹ ਪੈਸੇ ਭਰਤੇ ਜਾਂ ਮੇਰੇ ਅਕਾਊਂਟ 'ਚ ਇੰਨੇ ਪੈਸੇ ਪਏ ਸੀ? ਇੱਕ ਝੂਠ ਬੋਲਣ ਪਿੱਛੇ ਇੰਨੇ ਝੂਠਾਂ ਬੋਲੋ ਔਰ ਘਰੋਂ ਬੇਘਰ। ਯਾਰ 150 ਬੰਦਾ ਤਾਂ ਤੇਰੇ ਨਾਲ ਪੁਲਿਸ ਦਾ ਮੁਲਾਜ਼ਮ ਹੈ, 12 ਗੱਡੀਆਂ ਚੱਲਦੀਆਂ, ਦੇਸ਼ ਦਾ ਪ੍ਰਧਾਨ ਮੰਤਰੀ ਤੈਨੂੰ ਜਾਣਦਾ, ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਵੀ ਮੈਨੂੰ ਘਰੋਂ ਬੇਘਰ ਕਰਤਾ? ਘਰੋਂ ਬੇਘਰ ਤਾਂ ਲੁਧਿਆਣੇ ਦੇ ਲੋਕ ਜਿਹੜੇ ਫੁੱਟਪਾਥ 'ਤੇ ਪਏ ਉਹ ਬੇਘਰੋਂ ਘਰੋਂ ਬੇਘਰ ਹੈ। ਧੰਨਵਾਦ। ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਔਰ ਮੈਂ ਗੁਪਤਾ ਫੈਮਿਲੀ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ ਨੂੰ ਆਪਦੀ ਇਲੈਕਸ਼ਨ ਸਮਝ ਕੇ ਜ਼ਿੰਮੇਵਾਰੀ ਚੱਕੀ ਲਈ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ ਨਿਯਮ ਤਾਂ ਬਖਸ਼ੀ, ਚੜ੍ਹਦੀ ਕਲਾ ਬਖਸ਼ੀ। ਮਾਂ ਦੀ ਅੱਜ ਗੱਲ ਕੀਤੀ ਆ, ਮਦਰ ਡੇ ਆ, ਕਿਵੇਂ ਦੇਖਦੇ ਆ ਕੀ ਮੈਸੇਜ? ਕੋਈ ਮੈਸੇਜ ਹੈ ਅੱਜ ਦੇ ਘਰੇ ਬੈਠੀਆਂ ਮਾਵਾਂ ਨੂੰ, ਰੱਬ ਨੂੰ ਜਿੰਨਾ ਸ਼ੁਰੂ ਕਰਦੇ ਹੋ ਇੱਥੇ ਦਿਲ 'ਚ ਵਸਾਉਣਾ ਸ਼ੁਰੂ ਕਰਦੇ ਹੋ ਕਿ ਸੱਚੇ ਪਾਤਸ਼ਾਹ ਨਿਆਮਤਾਂ ਦੀ ਕੋਈ ਕਸਰ ਨਹੀਂ। ਅੱਜ ਮਾਂ ਦਾ ਆਸ਼ੀਰਵਾਦ ਮਿਲਦਾ ਕਿ ਕੀ ਕਰੋਗੇ ਪੰਜਾਬ ਦੀ, ਲੁਧਿਆਣੇ ਦੀ,
ਤੇ ਬਹੁਤ ਲੁਧਿਆਣੇ ਦੀ ਲੁਧਿਆਣੇ ਦੇ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ ਜੋ ਜੋ ਕਮੀਆਂ ਨੇ ਬਹੁਤ ਕੰਮ ਕੀਤਾ ਪਹਿਲਾਂ ਵਾਲੇ ਸਾਡੇ ਆਸ਼ੂਵੀਰ ਜੀ ਨੇ, ਬਾਕੀ MLAs ਨੇ, ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ, ਪਰ ਜਿਹੜੀਆਂ ਜਿਹੜੀਆਂ ਕਮੀਆਂ ਹੈਗੀਆਂ ਨੇ ਤਨਦੇਹੀ ਦੇ ਨਾਲ ਆਪਦੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਕਿ ਸੱਚੇ ਪਾਤਸ਼ਾਹ ਕਰੇ ਸਰਕਾਰ ਆਵੇ ਤੁਹਾਨੂੰ ਕੰਮ ਕਰਕੇ ਵਿਖਾਵਾਂਗੇ, ਗੱਲਾਂ ਨਾਲ ਕੋਈ ਸਵਾਦ ਨਹੀਂ ਆਉਂਦਾ। ਦੂਜੀ ਗੱਲ, ਮੈਂ ਆਪਣੇ ਜਿੰਨੇ ਵੀ ਪ੍ਰੈਸ ਰਿਪੋਰਟਰ ਦੇ ਰਾਹੀਂ ਆਏ ਹੋਏ ਮੇਰੇ ਸਾਰੇ ਭੈਣ ਭਰਾ, ਮੇਰੇ ਬਜ਼ੁਰਗ, ਉਹਨਾਂ ਦੇ ਜਿਹੜੇ ਚਿਹਰੇ 'ਤੇ ਮੈਂ ਖੁਸ਼ੀ ਦੇਖੀ ਹੈ, ਉਹ ਖੁਸ਼ੀ ਇਸ ਤਰ੍ਹਾਂ ਲੱਗ ਰਹੀ ਹੈ ਵੀ ਅਸੀਂ ਰਾਜਾ ਬ੍ਰਿੰਗ ਜੀ ਨੂੰ ਬਹੁਤ ਭਾਰੀ ਵੋਟਾਂ ਦੇ ਉੱਤੇ ਜਿਤਾ ਕੇ ਭੇਜਾਂਗੇ। ਔਰ ਜਿਹੜੀ ਖੁਸ਼ੀ ਸਾਡੇ ਬਜ਼ੁਰਗਾਂ 'ਤੇ ਆਈ ਹੈ ਦੁਬਾਰਾ, ਇਸ ਖੁਸ਼ੀ ਨੂੰ ਤਾਂ ਅਸੀਂ ਦੇਖਣ ਵਾਸਤੇ ਸਾਨੂੰ 7 ਵਾਰ ਵੀ ਜਨਮ ਲੈਣਾ ਪਿਆ ਤਾਂ ਅਸੀਂ ਦੇਵਾਂਗੇ, ਲੇਕਿਨ ਇਹ ਖੁਸ਼ੀ ਜਿਹੜੀ ਹੈ ਇਹ ਸਾਨੂੰ ਅੱਜ ਬੜੀ ਚੰਗੀ ਲੱਗੀ ਹੈ। ਸਾਨੂੰ ਲੱਗਦਾ ਵੀ ਜਿੰਨੀ ਤਾਦਾਦ ਨਾਲ ਇੱਥੇ ਦੁਨੀਆ ਪਬਲਿਕ ਆਈ ਹੈ, ਰਾਜਾ ਬ੍ਰਿੰਗ ਜੀ ਨੂੰ ਵੱਧ ਤੋਂ ਵੋਟਾਂ ਨਾਲ ਜਿਤਾ ਕੇ ਅਸੀਂ ਭੇਜਾਂਗੇ। ਗੁਪਤਾ ਜੀ, ਰਸ਼ ਬੜਾ ਭਾਰੀ ਦੇਖਣ ਨੂੰ ਮਿਲਿਆ, ਮਹਿਲਾਵਾਂ ਦਾ, ਬਜ਼ੁਰਗਾਂ ਦਾ, ਨੌਜਵਾਨਾਂ ਦਾ, ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਰਾਜਾ ਬ੍ਰਿੰਗ ਨੂੰ ਸੁਣਨ ਲਈ ਔਰ ਅੰਮ੍ਰਿਤਾ ਬ੍ਰਿੰਗ ਨੂੰ ਸੁਣਨ ਲਈ ਕਾਫੀ ਦਿਨ ਦੇ ਬੈਠੇ ਰਹੇ। ਸੱਚੀ ਨੀਅਤ, ਜਿਨ੍ਹਾਂ ਦੀ ਸੱਚੀ ਨੀਅਤ ਹੁੰਦੀ ਹੈ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕਰਦਾ। ਕਹਿੰਦੇ ਨੇ ਜਿਹੜਾ ਦਰਖਤ ਨੀਵਾਂ ਹੁੰਦਾ ਉਹਨੂੰ ਫਲ ਮਿੱਠਾ ਲੱਗਦਾ। ਜੋ ਰਾਜਾ ਬ੍ਰਿੰਗ ਜੀ ਦੇ, ਜੋ ਅੰਮ੍ਰਿਤਾ ਬ੍ਰਿੰਗ ਸਾਡੀ ਭੈਣ ਜੀ ਦੇ ਵਿਚਾਰ ਹੈਗੇ ਨੇ, ਉਹ ਵਿਚਾਰਾਂ ਨੂੰ ਦੇਖ ਕੇ ਦੇਖਦੇ ਹੋਏ ਇੱਥੇ ਪਬਲਿਕ ਨੇ ਜੋ ਉਹਨਾਂ ਨੂੰ ਸਾਥ ਦਿੱਤਾ, ਮੈਂ ਉਹਨਾਂ ਦਾ ਅਤਿ ਧੰਨਵਾਦੀ ਹਾਂ। ਅਤੇ ਮੈਂ ਹਰ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਾਂਗਾ ਵੀ ਸਾਰੇ ਵੱਧ ਚੜ ਕੇ ਸਾਰੇ ਜਣੇ ਵੋਟ ਪਾਉਣ ਜਾਓ ਅਤੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਤਾਂ ਕਿ ਅਸੀਂ ਇਹਨਾਂ ਨੂੰ ਬਹੁਤ ਵੱਡੀ ਜਤ ਪਾਤਰਾ ਨਾਲ ਜਿਤਾ ਕੇ ਭੇਜੀ। ਪਾਰਕਾਂ ਦੀ ਸਫਾਈ ਦੀ ਇੱਕ ਸੇਵਾ ਨਿਭਾਈ ਸੀ, ਸ਼ੁਰੂ ਕੀਤੀ ਸੀ, ਕਿਵੇਂ ਚੱਲ ਰਹੀ ਹੈ? ਦੇਖੋ ਜੀ, ਮੈਂ 10 ਪਾਰਕਾਂ ਦੀ ਸੇਵਾ ਵਿਦੇਸ਼ 'ਚ ਆਈ ਸੀ। ਮੈਂ ਉਹ ਬੜੀ ਆਪਣੇ ਮਿਹਨਤ ਨਾਲ ਆਪਣੇ ਨਿੱਜੀ ਖਰਚੇ ਦੇ ਉੱਤੇ ਉਹ ਪਾਰਕਾਂ ਦੀ ਸਫਾਈ ਕਰਵਾਈ ਹੈ। ਅੱਜ 39 ਸੈਕਟਰ, 32 ਸੈਕਟਰ ਦਾ ਹਰ ਬੱਚਾ ਸਾਡੇ ਨਾਲ ਹੈ ਜੀ, ਔਰ ਅਸੀਂ ਗਰਵ ਮਹਿਸੂਸ ਕਰਦੇ ਹਾਂ ਵੀ ਉਹ ਬੱਚਿਆਂ ਦੇ, ਉਹ ਉਹਨਾਂ ਦੇ ਪੇਰੈਂਟਸ ਦੇ, ਉਹਨਾਂ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅਸੀਂ ਆਪਣਾ ਇਲੈਕਸ਼ਨ ਵੀ ਜਿੱਤਾਂਗੇ। ਠੀਕ ਹੈ ਜੀ, ਕਿੰਨੀ ਲੀਡ ਦੇਵੋਗੇ ਇਸ ਵਾਰ ਆਪਣੇ ਵਾਰਡ 'ਚ? ਤੁਸੀਂ ਜਿੱਦਾਂ ਰਸ਼ ਕਾਫੀ ਦੇਖਣ ਨੂੰ ਮਿਲਿਆ। ਦੇਖੋ ਜੀ, ਅਸੀਂ ਜਿਹੜਾ ਸਾਰੇ ਲੁਧਿਆਣੇ ਦੀ ਲੀਡ ਤੋਂ ਅਸੀਂ ਇਹ ਪਬਲਿਕ ਨੂੰ ਮੈਸੇਜ ਜਿਹੜਾ ਜਾ ਰਿਹਾ ਹੈ, ਸਾਡੇ ਹਿਸਾਬ ਨਾਲ 50,000 ਤੋਂ ਵੱਧ ਲੀਡ ਕਰੇਗਾ ਜੀ। ਮੁਕਤਾ ਸਾਹਿਬ, ਅੱਜ 19-20 ਨੰਬਰ ਵਾਰਡ ਦੀ ਇਕੱਠੀ ਮੀਟਿੰਗ ਹੋਈ ਆ, ਰਾਜਾ ਬ੍ਰਿੰਗ ਜੀ ਅਤੇ ਅੰਮ੍ਰਿਤਾ ਬ੍ਰਿੰਗ ਜੀ ਇੱਥੇ ਪਹੁੰਚੇ ਆ, ਕਿਵੇਂ ਦੇਖਦੇ ਆ? ਬੜਾ ਭਰਮਾ ਹੰਗਾਰਾ ਦੇਖਣ ਨੂੰ ਮਿਲਿਆ। ਦੇਖੋ, ਪਹਿਲੇ ਤਾਂ ਮੈਂ ਤੁਹਾਡੇ ਮੀਡੀਆ ਦੇ ਬਹੁਤ ਹੀ ਬਹੁਤ ਆਭਾਰੀ ਹਾਂ ਸੀ, ਜਿਹੜਾ ਤੁਸੀਂ ਕਾਂਗਰਸ ਦੀ ਹੁਣ ਜਿਹੜੀ ਵੀ ਕਵਰੇਜ ਹੈ ਉਹ ਸਾਰੀ ਲੋਕਾਂ ਤੱਕ ਪਹੁੰਚਾ ਰਹੇ ਅਤੇ ਕਾਂਗਰਸ ਦਾ ਸੁਨੇਹਾ ਵੀ ਪਹੁੰਚਾ ਰਹੇ। ਅਤੇ ਉਸ ਤੋਂ ਬਾਅਦ ਮੈਂ ਰੈਲੀ ਬਾਰੇ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਅੱਜ ਦਾ ਇਕੱਠ ਸੀਗਾ, ਅੱਜ ਦੇ ਇਕੱਠ ਤੋਂ ਅਤੇ ਰਾਜਾ ਬ੍ਰਿੰਗ ਜੀ ਦੇ ਪ੍ਰੋਗਰਾਮਾਂ ਤੋਂ, ਉਹਨਾਂ ਦੇ ਧਰਮ ਪਤਨੀ ਅੰਮ੍ਰਿਤਾ ਬ੍ਰਿੰਗ ਜੀ ਜੋ ਚੋਣ ਪ੍ਰਚਾਰ ਕਰ ਰਹੇ ਨੇ, ਦੋਨੋਂ, ਉਹਨਾਂ ਦੀ ਲੜਕੀ ਵੀ ਨਾਲ ਪ੍ਰਚਾਰ ਕਰ ਰਹੀ ਹੈ, ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਵੀ ਲੁਧਿਆਣੇ ਦੇ ਲੋਕ ਉਹਨਾਂ ਨੂੰ ਪਿਆਰ ਵੀ ਬਹੁਤ ਕਰਦੇ ਪਏ ਆ। ਜਿਹੜੀ ਇਹ ਸਾਰੇ ਜਣੇ ਕਹਿੰਦੇ ਸੀ ਵੀ ਕੈਂਡੀਡੇਟ ਬਾਹਰਲਾ, ਉਹ ਬਾਹਰਲੇ ਦੀ ਗੱਲ ਜਿਹੜੀ ਹੈਗੀ ਉਹ ਸਾਰੇ ਲੋਕ ਮੰਨ ਰਹੇ ਆ ਵੀ ਉਹ, ਉਹਨਾਂ ਨੂੰ ਇੱਦਾਂ ਹੀ ਲੱਗਦਾ ਵੀ ਇਹ ਸਾਡਾ ਜਿਹੜਾ ਹੈਗਾ ਇਹ ਇੱਥੇ ਦਾ ਹੀ ਹੈ ਲੀਡਰ। ਇਹ ਜਿਹੜੀ ਕਾਂਗਰਸ ਦੀ ਗੱਲ ਹੈ, ਕਾਂਗਰਸ ਨੇ ਰਾਹੁਲ ਗਾਂਧੀ ਨੇ ਜੋ ਵੀ ਗਰੰਟੀਆਂ ਥੱਲੇ ਦਿੱਤੀਆਂ ਉਹਦਾ ਸੁਨੇਹਾ ਲੋਕਾਂ ਦੇ ਘਰ ਘਰ ਤੱਕ ਪਹੁੰਚਾ ਰਹੇ। ਜਿਹੜੀ ਬੇਰੁਜ਼ਗਾਰੀ ਵਾਸਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਬੱਚਿਆਂ ਨੂੰ 1-1 ਲੱਖ ਰੁਪਈਆ ਮਿਲੇਗਾ,
ਔਰਤਾਂ ਨੂੰ 100,000 ਰੁਪਈਆ ਮਿਲਿਆ ਗਿਆ, 8200 ਰੁਪਏ ਮੰਥ ਉਸ ਹਿਸਾਬ ਨਾਲ ਉਹਨਾਂ ਨੇ ਸਾਰਾ ਜਿਹੜਾ ਮਜ਼ਦੂਰਾਂ ਦਾ ਉਹਨਾਂ ਵਾਸਤੇ ਵੀ, ਬੇਰੁਜ਼ਗਾਰਾਂ ਵਾਸਤੇ ਵੀ, ਅਤੇ ਜਿਹੜੇ MSP ਹੈ ਉਹ ਵੀ, ਉਹ ਕਹਿੰਦੇ ਵੀ ਅਸੀਂ ਕਾਨੂੰਨੀ ਬਣਾਵਾਂਗੇ। ਜਿਹੜੀਆਂ ਗਲਤੀਆਂ ਹੁਣ ਤੱਕ ਇਹਨਾਂ ਨੇ ਮੋਦੀ ਸਰਕਾਰ ਨੇ ਕੀਤੀਆਂ, ਉਹ ਕਹਿੰਦੇ ਅਸੀਂ ਸਾਰੀਆਂ ਸੁਧਾਰਾਂਗੇ, ਵਧੀਆ ਰਾਜ ਲਿਆਵਾਂਗੇ। ਉੱਪਰ ਤੁਸੀਂ ਦੇਖ ਰਹੇ ਹੋ ਫਾਈਟ ਹੁਣ ਕਿੰਨੀ ਤੇਜ਼ ਹੈ, ਆਉਣ ਵਾਲੇ ਟਾਈਮ 'ਤੇ ਜਿਹੜੀ ਇੰਡੀਆ ਦੀ ਸਰਕਾਰ ਬਣੂਗੀ, ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ, ਉਹਦੇ ਪ੍ਰਧਾਨ ਮੰਤਰੀ ਬਣਨਗੇ ਰਾਹੁਲ ਗਾਂਧੀ ਜੀ, ਇੱਥੇ ਸਾਡੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਜੀ, ਅਸੀਂ ਉਹਨਾਂ ਨੂੰ ਚੁਣ ਕੇ ਭੇਜਾਂਗੇ, ਸਾਡੀਆਂ ਲੁਧਿਆਣੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਲੋਕ ਸਭਾ ਚੱਕਣਗੇ, ਬੜੇ ਜ਼ੋਰ ਸ਼ੋਰ ਨਾਲ ਰੱਖਣਗੇ। ਮਿੱਤਰੋ ਸਾਹਿਬ ਕਿਵੇਂ ਦੇਖਦੇ ਆ, ਇੱਕ ਭਾਰਤੀ ਜਨਤਾ ਪਾਰਟੀ ਕਹਿੰਦੀ ਅਬਕੀ ਵਾਰ 400 ਪਾਰ, ਕੀ ਲੱਗਦਾ? ਦੇਖੋ ਜੀ, ਹੁਣ 400 ਪਾਰ ਤਾਂ ਤੁਸੀਂ ਦੇਖ ਹੀ ਰਹੇ ਹੋ, ਉਹ ਕਹਿੰਦੇ ਵੀ 400 ਪਾਰ ਹੈ, ਉਹਨਾਂ ਨੇ BJP ਨਹੀਂ ਕਿਹਾ ਪਿੱਛੇ, ਤੁਸੀਂ ਸੁਣਿਆ ਨਹੀਂ ਕਦੀ? ਅੱਛਾ, ਉਹਨਾਂ ਨੇ 400 ਪਾਰ ਇਹ ਨਹੀਂ ਕਿਹਾ BJP, ਉਹਨਾਂ ਨੇ 400 ਪਾਰ ਕਿਹਾ ਵੀ ਕਾਂਗਰਸ। ਅੱਛਾ, ਤੁਸੀਂ ਉਹਦੇ 'ਤੇ ਮਤਲਬ ਗੌਰ ਕਰੋ ਥੋੜ੍ਹਾ ਜਿਹਾ, ਉਹਨਾਂ ਨੇ ਕਦੀ ਵੀ ਨਹੀਂ ਕਿਹਾ, ਤੁਸੀਂ ਕਿਤੇ ਦਿਖਾ ਦਿਓ ਮੈਨੂੰ ਵੀ ਉਹਨਾਂ ਨੇ ਕਿਹਾ ਵੀ, ਉਹ ਕਹਿੰਦੇ ਅਬਕੀ ਵਾਰ 400 ਪਾਰ, ਉਹ ਕਿਹੜੀ ਹੈਗੀ ਆ? ਇੰਡੀਆ ਗਠਬੰਧਨ, ਇੰਡੀਆ ਗਠਬੰਧਨ ਦੀ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਬਣੂਗੀ। ਤੁਸੀਂ ਜਿਹੜੇ ਮਾਹੌਲ ਹੁਣ ਦੇਖ ਰਹੇ ਹੋ, ਤੁਹਾਨੂੰ ਉੱਥੋਂ ਵੀ ਜੋ ਵੀ ਤੁਹਾਡੇ ਸਰਵੇ ਆ ਰਹੇ ਨੇ, ਉਹ ਸਾਰੇ ਸਰਵੇ ਤੁਸੀਂ ਦੇਖ ਹੀ ਚੁੱਕੇ ਹੋ ਵੀ ਕਿੱਦਾਂ ਦੇ ਆ ਰਹੇ, ਅਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਸੀਂ ਦੇਖੋਗੇ, ਕਾਂਗਰਸ ਦਾ ਜਿਹੜਾ BJP ਦਾ ਭਾਂਡਾ ਹੈ ਉਹ ਹੁਣ ਖੁੱਲ੍ਹ ਗਿਆ, ਸਭ ਪਤਾ ਲੱਗਣ ਲੱਗ ਗਿਆ ਲੋਕਾਂ ਦੇ ਹੱਥ 'ਚ। ਲੋਕ ਉੰਨੀ ਦੇਰ ਬੋਲੇ ਨਹੀਂ, ਅੱਜ ਕੱਲ੍ਹ ਲੋਕ ਬੋਲਦੇ ਨਹੀਂ, ਕਰਦੇ ਆ ਜਿਵੇਂ ਪਹਿਲੇ ਪੰਜਾਬ ਵਿੱਚ ਕੀਤਾ। ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿੰਦੀ 13-0 13-0 ਪਤਾ ਲੱਗ ਜਾਣਾ, ਆਈਆ ਕਿੱਡੇ ਕਿੱਡੇ ਕਹਿੰਦੇ ਸਾਹਮਣੇ ਆ ਜਾਣੇ, ਬੈਠੋ ਸਹੀ ਤੁਸੀਂ, ਉਹ ਹਾਲ ਹੈ ਤੁਹਾਡੇ ਸਾਹਮਣੇ ਦੇਖ ਲਓ ਵੀ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ, ਸ਼ਹਿਰਾਂ ਦੇ ਵਿੱਚ ਕੀ ਹਾਲਾਤ ਨੇ, ਇਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ। 13-0 ਹੁਣ ਤੱਕ ਕੋਈ ਸਮਾਂ ਜ਼ਿਆਦਾ ਨਹੀਂ ਰਹਿ ਗਿਆ, 20 ਦਿਨ ਰਹਿ ਗਿਆ, 20 ਦਿਨ ਬਾਅਦ ਪਤਾ ਲੱਗ ਜੂਗਾ ਵੀ 13-0 ਹੈ ਕਿ 0-13। ਮਲਹੋਤਰਾ ਜੀ, ਜਿਵੇਂ ਰਵਨੀਤ ਸਿੰਘ ਬਿੱਟੂ ਜੀ ਦੀ ਕੋਠੀ ਲੈ ਲਈ ਗਈ ਵਾਪਸ, ਉਹ ਪਾਰਟੀ ਦੇ ਆਫਿਸ ਉੱਤੇ ਸੀਗੇ, ਕਿਸੇ ਵਰਕਰ ਦੇ ਘਰ 'ਚ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ ਸਵਾਨ ਦੇ ਲਈ? ਯਾਰ, ਗੱਲ ਨੂੰ ਇਹ ਹੈਗਾ ਨਾ, ਉਹ ਰਾਹੁਲ ਗਾਂਧੀ ਜੀ ਕਹਿੰਦੇ ਸੀ ਵੀ ਸਾਰਾ ਇੰਡੀਆ ਮੇਰਾ, ਇਹਨਾਂ ਨੇ ਲੁਧਿਆਣਾ ਇਹਨਾਂ ਦਾ ਕਿੱਦਾਂ ਹੋ ਗਿਆ, 10 ਸਾਲ ਲੁਧਿਆਣੇ ਜਿੱਤ ਕੇ ਕਦੀ ਵਾਪਸ ਤਾਂ ਆਏ ਹੀ ਨਹੀਂ, ਜਦੋਂ ਜਿੱਤ ਕੇ ਚਲੇ ਗਏ ਦਿੱਲੀ ਵਾਪਸ ਆਏ ਨਹੀਂ, ਘਰ ਦਾ ਤਾਂ ਬਣਦੇ ਆ। ਜੇ ਰਾਹੁਲ ਗਾਂਧੀ ਜੀ ਨੇ ਆਪਣੀ ਕੋਠੀ 'ਚੋਂ ਨਿਕਲੇ ਸੀ ਇਹ ਗੱਲ ਕਹੀ ਸੀਗੀ ਵੀ ਸਾਰਾ ਭਾਰਤ ਹੀ ਮੇਰਾ, ਸਾਰਾ ਇੰਡੀਆ ਹੀ ਮੇਰਾ, ਅਤੇ ਇਹਨਾਂ ਨੇ ਬਿੱਟੂ ਜੀ ਨੇ ਸਮਝ ਲਿਆ ਵੀ ਲੁਧਿਆਣਾ ਮੇਰਾ, ਅਤੇ ਲੁਧਿਆਣੇ ਦੇ ਕਿਸੇ ਘਰ 'ਚ ਗਏ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਘਰ ਮੇਰਾ, ਇੰਨੀ ਬਣਾਉਣੀ ਪੈਂਦੀ ਹੈ। ਗੱਲ ਕਰੀਏ ਪਿਛਲੀ ਵਾਰੀ ਜਦੋਂ ਵੋਟਾਂ ਨੂੰ ਜ਼ੋਰ ਤੋਂ ਜ਼ੋਰ ਕਰਦੇ ਸੀ ਤੁਹਾਡੇ ਵਾਲੇ ਵਾਰਡ ਦੇ ਵਿੱਚੋਂ ਕਾਫੀ ਜਿਹੜੀਆਂ ਇਹਨਾਂ ਨੂੰ ਮਦਦ ਕੀਤੀ ਗਈ ਸੀ ਬਿੱਟੂ ਜੀ ਨੇ, ਉਸ ਟਾਈਮ ਦੇ ਵਿੱਚ ਕਿਵੇਂ ਦੇਖਦੇ? ਦੇਖੋ ਜੀ, ਅਸੀਂ ਤਾਂ ਕਾਂਗਰਸ ਦੇ ਸਿਪਾਹੀ ਹਾਂ, ਜਦ ਤੱਕ ਉਹ ਕਾਂਗਰਸ ਦੇ ਸੀਗੇ ਅਸੀਂ ਉਹਨਾਂ ਦੇ ਨਾਲ ਚੱਲਦੇ ਰਹੇ ਹਾਂ, ਅਸੀਂ ਸਾਡੀ ਜਿਹੜੀ ਵੀ ਸਾਡੀ ਸਾਰੀ ਕਾਂਗਰਸ ਹੈ, ਸਮੁੱਚੀ ਕਾਂਗਰਸ ਜਿਹੜੀ ਹੈ ਉਹ ਸਾਰੀ ਦੀ ਸਾਰੀ, ਜਿਹੜਾ ਵੀ ਕੈਂਡੀਡੇਟ ਸਾਡਾ ਹਾਈ ਕਮਾਂਡ ਭੇਜੇਗਾ ਅਸੀਂ ਉਹਦੇ ਨਾਲ ਹਾਂ। ਤੁਹਾਡੇ ਇਸ ਵਾਰਡ ਦੇ ਵਿੱਚ 19 ਨੰਬਰ 20 ਦੇ ਵਿੱਚ ਲੀਡ ਕਿੰਨੀ ਰਹੂਗੀ? ਦੇਖੋ, ਲੀਡ ਤਾਂ ਨਜ਼ਰ ਆ ਜਾਣੀ ਤੁਹਾਨੂੰ, ਲੀਡ ਤਾਂ ਅੱਜ ਤੋਂ ਵੀ ਨਜ਼ਰ ਆ ਰਿਹਾ ਸੀਗਾ, ਇਹ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਵੋਟਰ ਹੈ ਇਸ ਟਾਈਮ ਬਿਲਕੁਲ ਸਾਇਲੈਂਟ ਹੈ, ਔਰ ਜਿਹੜੇ 10 ਸਾਲ ਦੇ ਰਾਜ BJP ਦੇ ਨੂੰ ਉਹ ਜਵਾਬ ਦੇਣ ਵਾਸਤੇ ਤਿਆਰ ਹੈ, ਜਿਵੇਂ ਉਹਨਾਂ ਨੇ ਪਿਛਲੀ ਵਾਰੀ ਕਾਂਗਰਸ ਨੂੰ ਦਿੱਤਾ ਸੀਗਾ, ਉਸ ਤੋਂ ਬਾਅਦ ਉਹਨਾਂ ਨੇ ਹੁਣ BJP ਨੂੰ ਦੇਣ ਦੀ ਤਿਆਰੀ ਕਰ ਲਈ ਹੈ, ਅਤੇ ਹੁਣ ਆਪ ਨੂੰ ਵੀ ਪਤਾ ਲੱਗ ਜਾਏਗਾ, ਉਹਨੂੰ ਵੀ ਦੇਣ ਦੀ ਤਿਆਰੀ ਕਰ ਲਈ ਹੈ ਉਹਨੇ, ਜੋ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇੱਥੇ ਦਿੱਤਾ ਪੰਜਾਬ ਸਰਕਾਰ, ਤੁਹਾਨੂੰ ਸਾਰਿਆਂ ਨੂੰ ਪਤਾ ਘਰ ਘਰ ਦੇ ਵਿੱਚ ਪੈਨਸ਼ਨ ਵਧਾਉਣੀ ਸੀ ਉਹ ਨਹੀਂ ਵਧਾਈ, ਬਜ਼ੁਰਗ ਉਹਨਾਂ ਨੂੰ ਜਵਾਬ ਦੇ ਦੇਣਗੇ, ਜਿਹੜੀਆਂ ਜਨਾਨੀਆਂ ਨੂੰ 1000 ਰੁਪਇਆ ਦੇਣ ਦੀ ਗੱਲ ਕੀਤੀ ਸੀਗੀ ਉਹ ਵੀ ਜਵਾਬ ਦੇ ਦੇਣਗੀਆਂ, ਜੇ ਇੱਕ ਘਰ 'ਚ 4 ਸੀਗੀਆਂ ਜਿਨ੍ਹਾਂ ਨੇ ਵੋਟ ਪਾਈ ਸੀ ਇਹ ਸੋਚ ਕੇ ਵੀ 4000 ਰੁਪਈਆ ਆਊਗਾ, ਫਿਰ 0 ਬਿਜਲੀ ਬਿੱਲ ਆਊਗਾ,
ਪੈਸੇ ਕਮਾਉਣ ਦੀ ਲੋੜ ਹੀ ਨਹੀਂ, ਬੰਦਾ ਕਮਾਉਣ ਜਾਵੇ ਨਾ ਜਾਵੇ ਸਾਡੇ ਘਰ ਰੋਟੀ ਪੱਕਦੀ ਹੋਵੇ। ਉਹਨਾਂ ਦਾ ਹੁਣ ਚੁੱਲ੍ਹਾ ਬੰਦ ਹੀ ਹੈ। ਧੰਨਵਾਦ ਧੰਨਵਾਦ।